ਕੋਰੋਨਾ ਵਾਇਰਸ ਦੇ ਇਹਨਾਂ ਦਿਨਾਂ ਦੇ ਵਿੱਚ ਜਿੱਥੇ ਸਿਹਤ ਮੁਲਾਜ਼ਮਾਂ ਦੇ ਵੱਲੋਂ ਆਪਣੀ ਜਾਨ 'ਤੇ ਖੇਡਦਿਆਂ ਮਰੀਜ਼ਾਂ ਨੂੰ ਬਚਾਉਣ ਦੇ ਲਈ ਹਰ ਹੰਭਲਾ ਵਰਤਿਆ ਜਾ ਰਿਹਾ, ਹਸਪਤਾਲਾਂ ਦੇ ਵਿੱਚ 24 ਘੰਟੇ ਡਿਊਟੀਆਂ ਦਿੱਤੀਆਂ ਜਾ ਰਹੀਆਂ ਨੇ, ਉੱਥੇ ਹੀ ਉਹਨਾਂ ਵੱਲੋਂ ਰੋਸ ਵੀ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਉਹ ਕੋਰੋਨਾ ਵਾਇਰਸ ਦੇ ਦਿਨਾਂ 'ਚ ਆਪਣੀ ਅਤੇ ਪਰਿਵਾਰ ਦੀ ਜ਼ਿੰਦਗੀ ਖਤਰੇ 'ਚ ਪਾ ਕੇ ਨੌਕਰੀਆਂ ਕਰ ਰਹੇ ਹਨ। ਪਰ ਉਹਨਾਂ ਨੂੰ ਠੇਕੇ ਉੱਤੇ ਸਰਕਾਰ ਦੇ ਵੱਲੋਂ ਮਹਿਜ਼ 10 ਤੋਂ 15 ਹਜ਼ਾਰ ਰੁਪਇਆ ਤਨਖਾਹ ਦਿੱਤੀ ਜਾ ਰਹੀ ਹੈ। ਪਿਛਲੇ 10-10, 15-15 ਸਾਲ ਤੋਂ ਸਰਕਾਰੀ ਹਸਪਤਾਲਾਂ 'ਚ ਨੌਕਰੀ ਕਰਦੀਆਂ ਸਟਾਫ ਨਰਸਾਂ, ਡਾਕਟਰਾਂ, ਲੈਬ ਟੈਕਨੀਸ਼ੀਅਨਾਂ, ਰੇਡੀਓਗ੍ਰਾਫਰਾਂ ਅਤੇ ਹੋਰ ਵੱਖ ਵੱਖ ਸਿਹਤ ਵਿਭਾਗ ਨਾਲ ਜੁੜੇ ਹੋਏ ਮੁਲਾਜ਼ਮਾਂ ਦੇ ਵੱਲੋਂ ਅੱਜ ਪੂਰੇ ਪੰਜਾਬ 'ਚ ਹੜਤਾਲ ਕੀਤੀ ਗਈ। ਇਹਨਾਂ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਜੇ ਸਰਕਾਰ ਨੇ ਜਲਦ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਉਹ ਅਣਮਿੱਥੇ ਸਮੇਂ ਲਈ ਹੜਤਾਲ ਦੇ ਉੱਤੇ ਜਾ ਸਕਦੇ ਨੇ। ਸੋ ਪੰਜਾਬ ਸਰਕਾਰ ਇਹਨਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦੇ ਰਹੀ, ਜਿਸ ਕਰਕੇ ਇਹਨਾਂ ਨੂੰ ਸੰਘਰਸ਼ ਕਰਨਾ ਪੈ ਰਿਹਾ ਹੈ। ਅੱਜ ਦਾ ਸਾਡਾ ਜਿਹੜਾ ਰੋਸ ਪ੍ਰਦਰਸ਼ਨ ਆ, ਇਹ ਸਰਕਾਰ ਦੀਆਂ ਮਾਰੂ ਨੀਤੀਆਂ ਜਿਹੜੀਆਂ ਉਹ ਹਰ ਵਾਰ ਰੈਗੂਲਰ ਪੋਸਟਾਂ ਕੱਢ ਰਹੇ ਨੇ, ਉਹਨਾਂ ਪੋਸਟਾਂ ਨੂੰ ਰੁਕਵਾਉਣ ਲਈ, ਤਾਂ ਕਿ ਉਹਨਾਂ ਪੋਸਟਾਂ 'ਤੇ ਹੀ ਸਾਡੇ NHM ਦੇ ਮੁਲਾਜ਼ਮਾਂ ਨੂੰ ਐਡਜਸਟ ਕੀਤਾ ਜਾਵੇ, ਜਿਹੜੇ ਅਸੀਂ ਕੋਈ 10 ਸਾਲ ਤੋਂ, ਕੋਈ 12 ਸਾਲ ਤੋਂ, ਕੋਈ 5 ਸਾਲ ਤੋਂ, ਕੋਈ 7 ਸਾਲ ਤੋਂ ਨੌਕਰੀ ਕਰ ਰਿਹਾ। ਬਹੁਤ ਹੀ ਨਿਗੂਣੀਆਂ ਤਨਖਾਹਾਂ 'ਤੇ ਅਸੀਂ ਸਾਰੇ ਇੱਥੇ ਕੰਮ ਕਰ ਰਹੇ ਹਾਂ। ਬਕਾਇਦਾ COVID-19 ਦੇ ਦੌਰਾਨ, ਚੱਲਦੇ ਦੌਰਾਨ ਐਮਰਜੈਂਸੀ ਡਿਊਟੀਆਂ ਵੀ ਸਾਡੇ NHM ਸਟਾਫ ਨੇ ਸਾਰਿਆਂ ਨੇ ਕੀਤੀਆਂ ਨੇ। ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਜਿਹੜੀਆਂ ਇਹ ਪੋਸਟਾਂ ਕੱਢੀਆਂ ਨੇ ਉਹਨਾਂ ਦੇ ਵਿੱਚ ਸਾਨੂੰ ਐਡਜਸਟ ਕੀਤਾ ਜਾਵੇ, ਬਕਾਇਦਾ ਜਿਵੇਂ ਮਰਜ਼ੀ ਕਰ ਲੈਣ, ਸਾਨੂੰ ਐਡਜਸਟ ਕੀਤਾ ਜਾਵੇ। ਨਾ ਹੀ ਸਾਨੂੰ ਰੈਗੂਲਰ ਪੇ ਸਕੇਲ ਦੇ ਰਹੇ ਆ, ਨਾ ਹੀ ਸਾਨੂੰ ਰੈਗੂਲਰ ਕਰ ਰਿਹਾ, ਨਾ ਹੀ ਸਰਕਾਰ ਸਾਡੇ ਪ੍ਰਤੀ ਕੋਈ ਸੁਹਿਰਦ ਨੀਤੀ ਅਪਣਾ ਰਹੀ ਹੈ। ਇਸ ਕਰਕੇ ਸਾਨੂੰ ਅੱਜ ਦਾ ਰੋਸ ਪ੍ਰਦਰਸ਼ਨ ਕਰਨ ਲਈ ਸਰਕਾਰ ਨੇ ਮਜਬੂਰ ਕੀਤਾ। ਅਸੀਂ ਨਹੀਂ ਚਾਹੁੰਦੇ ਕਿ ਅਸੀਂ ਨਾਅਰੇ ਲਾਈਏ ਜਾਂ ਅਸੀਂ ਪ੍ਰਦਰਸ਼ਨ ਕਰੀਏ, ਸਾਡੀ ਇਹ ਸਰਕਾਰ ਸਾਨੂੰ ਮਜਬੂਰ ਕਰਦੀ ਹੈ ਬਾਰ ਬਾਰ, ਸਾਨੂੰ ਨਿਗੂਣੀਆਂ ਤਨਖਾਹਾਂ ਦੇ ਕੇ, ਸਾਡਾ ਸ਼ੋਸ਼ਣ ਕਰਕੇ। ਇਸ ਕਰਕੇ ਅਸੀਂ ਇਹ ਪ੍ਰਦਰਸ਼ਨ ਕਰਦੇ ਹਾਂ। ਇਸ ਕਰਕੇ ਅੱਜ ਦੀ ਇਹ ਜਿਹੜਾ ਸਾਡਾ ਇਹ ਰੋਸ ਹੈ, ਇਹ ਸੰਕੇਤਕ ਹੈ। ਜੇਕਰ ਸਰਕਾਰ ਸਾਡੇ ਪ੍ਰਤੀ ਸੁਹਿਰਦ ਨੀਤੀਆਂ ਨਹੀਂ ਅਪਣਾਉਂਦੀ, ਨਾ ਹੀ ਸਾਨੂੰ ਪੱਕੇ ਕਰਨ ਬਾਰੇ ਕੋਈ ਨੀਤੀ ਤੈਅ ਕਰਦੀ ਹੈ, ਨਾ ਹੀ ਸਾਨੂੰ ਉਹਨਾਂ ਜਿਹੜੀਆਂ ਪੋਸਟਾਂ ਕੱਢੀਆਂ ਉਹਨਾਂ ਦੇ ਵਿੱਚ ਐਡਜਸਟ ਕਰਨ ਬਾਰੇ ਕੋਈ ਤੈਅ ਕਰਦੀ ਹੈ, ਤਾਂ ਅਸੀਂ ਇਸ ਪ੍ਰਦਰਸ਼ਨ ਨੂੰ ਵੱਡੇ ਸੰਘਰਸ਼ ਦਾ ਰੂਪ ਦੇਵਾਂਗੇ। ਅਸੀਂ ਲਗਾਤਾਰ ਹੜਤਾਲ 'ਤੇ ਜਾਣ ਬਾਰੇ ਵੀ ਸੋਚ ਸਕਦੇ ਹਾਂ। ਆਊਟਸੋਰਸਿੰਗ ਥਰੂ ਮੈਨੂੰ 18 ਸਾਲ ਹੋ ਗਏ ਨੇ, ਪਰ ਸਰਕਾਰ ਦੀਆਂ ਮਾਰੂ ਨੀਤੀਆਂ ਦੇ ਮੁਤਾਬਕ ਆਊਟਸੋਰਸ ਪੋਲਿਸੀ 3 ਮਹੀਨੇ ਜਾਂ 6 ਮਹੀਨੇ ਜਾਂ 1-2 ਸਾਲ ਹੋ ਸਕਦੀ ਹੈ, ਪਰ 18 ਸਾਲ ਬਹੁਤ ਵੱਡੀ ਹੋ ਜਾਂਦੀ ਹੈ। ਸਰਕਾਰ ਸਾਡਾ ਇਸ ਤਰ੍ਹਾਂ ਸ਼ੋਸ਼ਣ ਕਰ ਰਹੀ ਹੈ ਬਹੁਤ ਜ਼ਿਆਦਾ। ਹੁਣ ਸਾਡੇ ਬੱਚੇ ਸਾਡੇ ਬਰਾਬਰ ਦੇ ਹੋ ਗਏ ਹਨ, ਸਾਡੇ ਕਈ LT ਜੋ ਕਿ ਉਮਰਾਂ ਓਵਰੇਜ ਹੋ ਗਏ ਹਨ, ਉਹਨਾਂ ਦਾ ਹੁਣ ਐਡਜਸਟ ਕਰਨ ਲਈ ਸਾਨੂੰ ਇਹੀ ਹੈ ਧਰਨਾ ਦੇਣ ਦਾ ਸਾਡਾ ਕਾਰਨ ਵੱਡਾ ਇਹ ਹੈ ਵੀ ਸਾਨੂੰ ਜਿਹੜੀਆਂ ਪੋਸਟਾਂ ਸਰਕਾਰ ਨੇ ਕੱਢੀਆਂ ਨੇ ਜਿਨ੍ਹਾਂ 'ਤੇ ਅਸੀਂ ਕੰਮ ਕਰ ਰਹੇ ਹਾਂ ਉਹਨਾਂ 'ਤੇ ਸਾਨੂੰ ਐਡਜਸਟ ਕੀਤਾ ਜਾਵੇ। ਪਿਛਲੇ 10 ਸਾਲਾਂ ਤੋਂ ਕੰਮ ਕਰ ਰਹੀ ਹੈ NHM ਦੇ ਅੰਡਰ, ਅਤੇ ਤੁਹਾਨੂੰ ਪਤਾ ਹੀ ਹੈ ਜਿਵੇਂ ਅੱਜ ਸਾਰੇ ਪੰਜਾਬ 'ਚ ਹੀ ਹੜਤਾਲ ਹੈ ਇਹ, ਅਤੇ ਅਸੀਂ 10 ਸਾਲਾਂ ਤੋਂ ਕੰਮ ਕਰ ਰਹੇ ਹਾਂ, ਅਤੇ ਸਾਡੀ ਤਨਖਾਹ ਉਹੀ 12 ਹਜ਼ਾਰ ਹੈ, ਕਿੱਥੇ ਉਹੀ ਰੈਗੂਲਰ ਮੁਲਾਜ਼ਮ 40 ਹਜ਼ਾਰ ਲੈ ਰਿਹਾ। ਸਰਕਾਰ ਹੁਣ ਪੋਸਟਾਂ ਕੱਢਣ ਜਾ ਰਹੀ ਹੈ, ਉਹਦੇ ਵਿੱਚ ਸਾਡੀ ਏਜ ਲਿਮਿਟ ਵਧਾ ਦਿੱਤੀ ਗਈ ਹੈ, ਅਤੇ ਕਹਿੰਦੀ ਤੁਸੀਂ ਵੀ ਅਪਲਾਈ ਕਰ ਸਕਦੇ ਹੋ, ਪਰ ਤੁਸੀਂ ਇਹ ਦੱਸੋ ਜਿਹੜਾ ਬੰਦਾ ਹੁਣ 20 ਸਾਲਾਂ ਤੋਂ ਕੰਮ ਕਰ ਰਿਹਾ ਹੈ, 20 ਸਾਲ ਪਹਿਲਾਂ ਪੜ੍ਹਾਈ ਛੱਡ ਚੁੱਕਿਆ, ਉਹ ਕਿੱਥੋਂ ਕੰਪੀਟ ਕਰ ਲੂਗਾ? ਸਰਕਾਰ ਸਿਰਫ ਰਿਟਨ ਐਗਜ਼ਾਮੀਨੇਸ਼ਨ ਤਾਂ ਦੇਖਦੀ ਹੈ, ਅਤੇ ਇਹ ਵੀ ਤਾਂ ਦੇਖੋ ਅਸੀਂ ਪ੍ਰੈਕਟੀਕਲ ਸਾਨੂੰ ਨੌਲੇਜ ਕਿੰਨੀ ਹੈ। ਠੀਕ ਹੈ, ਸਾਡੀ ਵੀ ਪ੍ਰੋਪਰ ਚੈਨਲ ਰਾਹੀਂ ਭਰਤੀ ਹੋਈ ਹੈ, ਅਤੇ ਸਾਨੂੰ ਸਮਝ ਨਹੀਂ ਆ ਰਿਹਾ ਕਿ ਸਰਕਾਰ ਨੂੰ ਕੀ ਗੁਰੇਜ ਹੈ ਵੀ ਸਾਨੂੰ ਉਹਨਾਂ ਸੈਂਕਸ਼ਨ ਪੋਸਟਾਂ 'ਤੇ ਕਿਉਂ ਨਹੀਂ ਐਡਜਸਟ ਕਰਦੀ, ਜਦਕਿ ਇਹ ਨਵੀਆਂ ਪੋਸਟਾਂ ਕੱਢਣ ਜਾ ਰਹੀ ਹੈ।